ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸਿਮਰਨ ਸਿੰਘ ਧਰੂਆ ਨੈਚੁਰਲ ਫਾਰਮ ਤੋਂ। ਬਾਈ ਜੀ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਲਾਬ ਬਾਰੇ। ਅਤੇ ਗੁਲਾਬ ਪੰਜਾਬ ਦੇ ਵਿੱਚ ਬਹੁਤ ਵਧੀਆ ਕਰੋਪ ਆ। ਗੁਲਾਬ ਨੂੰ ਚਾਹੇ ਆਪਾਂ ਫੁੱਲ ਘਰ ਬਗੀਚੀ ਦੇ ਵਿੱਚ ਲਾ ਲਈਏ, ਚਾਹੇ ਇਹਨੂੰ ਖੇਤ ਦੇ ਵਿੱਚ ਇਹ ਘਰ ਸੋਹਣਾ ਬਣਾਉਣ ਲਈ ਜਾਂ ਇਹਦੀ ਗੁਲਕੰਤ ਲਈ ਬਹੁਤ ਕੰਮ ਆਉਂਦਾ ਜੀ। ਪਰ ਗੁਲਕੰਤ ਹੁਣ ਆਪਾਂ ਭੁੱਲ ਚੁੱਕੇ ਹਾਂ, ਖਾਂਦੇ ਘੱਟ ਹਾਂ, ਨਹੀਂ ਤਾਂ ਬਹੁਤ ਵਧੀਆ ਚੀਜ਼ ਸੀ ਜੋ ਹਰੇਕ ਘਰ ਹੁੰਦੀ ਸੀ। ਬਈ, ਅੱਜ ਗੱਲ ਕਰਾਂਗੇ ਗੁਲਾਬ ਦੇ ਵੱਧ ਫੁੱਲ ਲੈਣ ਲਈ, ਕਿਵੇਂ ਵੱਧ ਫੁੱਲ ਲੈ ਸਕਦੇ ਹਾਂ, ਕਿਵੇਂ ਇਹਦੀ ਕੇਅਰ ਕਰ ਸਕਦੇ ਹਾਂ, ਇਹਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ। ਇਹਨੂੰ ਮੈਨੇਜ ਕਰਨ ਲਈ, ਇਹਨੂੰ ਛੋਟਾ ਰੱਖਣ ਲਈ ਆਪਾਂ ਨੂੰ ਕਟਿੰਗ ਕਰਨੀਆਂ ਪੈਂਦੀਆਂ ਨੇ। ਜਿਵੇਂ ਆਹ ਟਾਹਣੀਆਂ ਕੱਟੀਆਂ ਹੋਈਆਂ ਨੇ, ਦੇਖ ਸਕਦੇ ਹੋ ਤੁਸੀਂ, ਟਾਹਣੀਆਂ ਕੱਟੀਆਂ ਹੋਈਆਂ ਨੇ ਅਤੇ ਇੱਧਰੋਂ ਵੀ ਕਾਫੀ ਟਾਹਣੀਆਂ ਕੱਟੀਆਂ ਹੋਈਆਂ ਨੇ ਆਪਾਂ ਨੇ। ਹਰ ਟਾਹਣੀ ਕੱਟ ਕੇ ਫਿਰ ਇਹਦੇ 'ਤੇ ਫੁੱਲ ਵੱਧ ਆਉਂਦਾ। ਅਤੇ ਜਿਹੜਾ ਪੁਰਾਣਾ ਫੁੱਲ ਖਤਮ ਹੋ ਚੁੱਕਿਆ, ਜਦੋਂ ਉਹਦੀ ਸੀਡ ਆਪਾਂ ਕੱਟ ਦੇਣੀ, ਸੀਡ ਵਾਲ ਜਿਹੜੀ ਹੁੰਦੀ ਆ ਉਹਦੀ, ਅਤੇ ਜਿਵੇਂ ਆਹ ਹੁਣ ਫੁੱਲ ਝੜ ਚੁੱਕੇ ਨੇ, ਇਹਦੀ ਸੀਡ ਵਾਲ ਕੱਟ ਦਿਓ। ਜਿੰਨੀ ਆਪਾਂ ਇਹ ਸੀਡ ਵਾਲ ਕੱਟੀ ਜਾਵਾਂਗੇ, ਉਨਾ ਹੀ ਇਹ ਫੁੱਲ ਇਹਨੂੰ ਜ਼ਿਆਦਾ ਲੱਗੂਗਾ। ਅਤੇ ਜੇ ਆਪਾਂ ਇਹ ਨਹੀਂ ਕੱਟਾਂਗੇ, ਸੀਡ ਵਾਲ ਨਹੀਂ ਕੱਟਦੇ, ਫਿਰ ਸਾਰਾ ਜ਼ੋਰ ਉਹਦਾ ਸੀਡ ਪਕਾਉਣ ਲਈ ਜਾਂ ਸੀਡ ਬਣਾਉਣ ਲਈ ਲੱਗ ਜਾਂਦਾ। ਜਿਹੜਾ ਇਹਦਾ ਸੀਡ ਵਾਲ ਹੁੰਦਾ ਹੈ, ਇਹੋ ਜਿਹੀ ਚੀਜ਼ ਆ, ਉਹਦੇ ਤੋਂ ਬੂਟਾ ਪੈਦਾ ਨਹੀਂ ਹੁੰਦਾ। ਬੂਟਾ ਪੈਦਾ ਹੋ ਜਾਂਦਾ, ਬਹੁਤ ਟਾਈਮ ਲੱਗਦਾ, ਪਰ ਉਹ ਕੰਡਿਆਂ ਵਾਲਾ ਦੇਸੀ ਗੁਲਾਬ ਪੈਦਾ ਹੁੰਦਾ। ਜਿਹੜੇ ਇਹ ਗੁਲਾਬ ਹੈ, ਚੰਗਿਆੜਾ ਗੁਲਾਬ ਆ ਜੀ, ਇਹਦੇ 'ਚੋਂ ਖੁਸ਼ਬੂ ਵੀ ਆਉਂਦੀ ਆ ਅਤੇ 24 ਘੰਟੇ ਇਹਦੇ ਫੁੱਲ, ਸਾਰਾ ਸਾਲ ਇਹਦੇ 'ਚ ਫੁੱਲ ਲੱਗੇ ਰਹਿੰਦੇ ਆ, ਖਿੜੇ ਰਹਿੰਦੇ ਆ, ਅਤੇ ਆਪਾਂ ਨੂੰ ਥੋੜ੍ਹਾ ਥੋੜ੍ਹਾ ਫੁੱਲ ਦਿੰਦਾ ਰਹਿੰਦਾ। ਜਦੋਂ ਮੌਸਮ ਠੀਕ ਹੁੰਦਾ, ਥੋੜ੍ਹਾ ਜਿਹਾ ਟੈਂਪਰੇਚਰ 30-35 ਦੇ ਅਟੇ ਸਟੇ ਹੁੰਦਾ, 25-30 ਤੱਕ, ਅਤੇ ਉਦੋਂ ਇਹਦੇ ਫਿਰ ਫੁੱਲ ਪੂਰੇ ਭਰ ਜਾਂਦੇ ਆ। ਕੱਟ ਕੇ ਕਿਉਂ ਰੱਖਣਾ, ਜਿੰਨੇ ਪੁਰਾਣੇ ਕਟਿੰਗਸ ਆਪਾਂ ਜਿੰਨੀ ਇਹਦੀ ਕਰੀ ਜਾਵਾਂਗੇ, ਉਨਾ ਸੋਹਣਾ ਬਣੀ ਚੱਲੂਗਾ। ਜਿਹੜੀਆਂ ਪੁਰਾਣੀਆਂ ਡੋਡੀਆਂ ਨੇ, ਜਿਹੜੇ ਫੁੱਲ ਖਤਮ ਹੋ ਚੁੱਕੇ ਨੇ, ਉਹ ਸਾਰੇ ਕੱਟ ਦਿਓ। ਉਹਦੇ ਕੱਟਣ ਨਾਲ ਇਹਦੇ ਫੁੱਲਾਂ ਦੀ ਪ੍ਰੋਡਕਸ਼ਨ ਨੂੰ ਉਨੀ ਵੱਧ ਜਾਂਦੀ ਆ। ਹੁਣ ਆਹ ਦੇਖੋ ਜੀ, ਜਿੰਨੇ ਵੀ ਸਾਡੇ ਸੀ ਪੁਰਾਣੇ ਫੁੱਲ ਸੀ, ਸਾਰਿਆਂ ਦੀ ਅਸੀਂ ਕਟਿੰਗ ਕੀਤੀ ਹੋਈ ਆ, ਨਾਲ ਦੀ ਨਾਲ ਕੱਟ ਦਿੰਦੇ ਹਾਂ, ਅਤੇ ਹਰ ਸਮੇਂ ਇਹਦੇ 'ਤੇ ਕੋਈ ਨਾ ਕੋਈ ਫੁੱਲ ਖਿੜਿਆ ਰਹਿੰਦਾ। ਹੁਣ ਤੁਸੀਂ ਆਹ ਨਵੀਂ ਗਰੋਥ ਦੇਖ ਸਕਦੇ ਹੋ, ਇਹਦੀ ਹਰੇਕ ਨੋਡ 'ਤੇ ਹਰੇਕ ਪਾਸੇ ਇਹਦੇ ਫੁੱਲ ਆ ਰਹੇ ਨੇ। ਆਹ ਦੇਖੋ ਜੀ, ਨਵੀਂ ਗਰੋਥ ਵੀ ਇਹਦੀ ਪੂਰੀ ਜ਼ਬਰਦਸਤ ਚੱਲ ਰਹੀ ਆ, ਅਤੇ ਇਹ ਇਸ ਫੁੱਲ ਦੇ ਵਿੱਚੋਂ ਖੁਸ਼ਬੂ ਬਹੁਤ ਆਉਂਦੀ ਆ। ਮੇਨਲੀ ਇਹ ਕਰੋਪ ਨੂੰ ਆਪਾਂ ਉਹਦੇ ਲਈ ਯੂਜ਼ ਕਰ ਸਕਦੇ ਹਾਂ, ਗੁਲਕੰਤ ਬਣਾਉਣ ਲਈ, ਘਰ ਖੁਸ਼ਬੂ ਬਣਾਉਣ ਲਈ, ਜਾਂ ਇਹਦਾ ਆਪਾਂ ਇੰਜਾਈਮ ਬਣਾ ਸਕਦੇ ਹਾਂ। ਬਹੁਤ ਵਧੀਆ ਬਣਦਾ, ਗੁਲਕੰਤ ਬਣ ਗਈ, ਜੇ ਮਿਠਾਈਆਂ ਦੇ ਵਿੱਚ ਪਾਉਣਾ ਤਾਂ ਇਹਨੂੰ ਮਿਠਾਈ ਦੇ ਵਿੱਚ ਵੀ ਪਾ ਸਕਦੇ ਹਾਂ, ਉਹਦੇ 'ਚੋਂ ਸੁਗੰਧ ਵੀ ਆਊ ਅਤੇ ਟੇਸਟ ਵੀ ਆਊਗਾ। ਜਿਹੜੇ ਦੂਸਰੇ ਆਪਣੇ ਰੰਗ ਬਿਰੰਗੇ ਗੁਲਾਬ ਹੁੰਦੇ ਆ, ਉਹਨਾਂ 'ਚੋਂ ਖੁਸ਼ਬੂ ਵੀ ਬਹੁਤ ਘੱਟ ਆਉਂਦੀ ਆ ਅਤੇ ਉਹਨਾਂ ਦਾ ਟੇਸਟ ਵੀ ਨਹੀਂ ਹੁੰਦਾ। ਇਹਦਾ ਟੇਸਟ ਅਤੇ ਇਹਦੀ ਖੁਸ਼ਬੂ ਵੱਖਰੀ ਆ ਅਤੇ ਬਹੁਤ ਵਧੀਆ। ਇਹ ਨਾਲੇ ਈਜ਼ੀਲੀ ਛੇਤੀ ਹੋ ਜਾਂਦਾ ਅਤੇ ਸੌਖਾ ਮਿਲ ਜਾਂਦਾ। ਇਹ ਚੰਗਿਆੜਾ ਗੁਲਾਬ ਆ, ਪੰਜਾਬ ਦੇ ਵਿੱਚ ਕਾਮਨਲੀ ਇਹੀ ਹੁੰਦਾ ਜੀ। ਧੰਨਵਾਦ ਜੀ।